ਦੇ ਧਨਗੜ ਦੇ ਸਾਧ ਸੰਗਤ ਜੀ ਦੁੱਖ ਦੀ ਗੱਲ ਹੈ ਕਿ ਤੁਲਕਾਵਾਦ ਵਿੱਚ ਜਿਹੜਾ ਗੁਰੂ ਰਵਦਾਸ ਮਹਾਰਾ ਦਾ ਪਵਿੱਤਰ ਸਥਾਨ ਹੈ ਜਿਹੜਾ ਕਿ ਸਿਕੰਦਰ ਲੋਧੀ ਜਦੋਂ ਗੁਰੂ ਰਵਦਾਸ ਮਹਾਰਾ ਦੇ ਚਰਨਾਂ ਵਿੱਚ ਨਮਸਤਕ ਹੋਇਆ ਤੇ ਉਹਨਾਂ ਨੇ ਗੁਰੂ ਦਾਸ ਮਹਾਰਾਜ ਨੂੰ ਇਹ ਸਿਤਲੀ ਜਿਹੜੀ ਉਹਨਾਂ ਦੇ ਚਰਨਾ ਚਰਪਨ ਕੀਤੀ ਤੇ ਸਰਕਾਰ ਇਸ ਨੂੰ ਤਾਣਾ ਚਾਹੁੰਦੀ ਹੈ ਅਸੀਂ ਸਰਕਾਰ ਦੱਸਣਾ ਚਾਹੁੰਦੇ ਹਾਂ ਕਿ ਗੁਰੂ ਰਵਦਾਸ ਮਹਾਰਾ ਦਾ ਪਵਿੱਤਰ ਸਥਾਨ ਹੈ ਇਸ ਨੂੰ ਨਾ ਛੇੜਿਆ ਜਾਵੇ ਸੋ ਕੋ ਇਸ ਦੀ ਪੂਰਨ ਰੂਪ ਦੇ ਵਿੱਚ ਦੇਖ ਰਿਹਾ ਕੀਤਾ ਜਾਵੇ ਤੇ ਸੰਗਤ ਕੋਲੋਂਕਾਰ ਸਵਾ ਕਰਾਈ ਜਾਵੇ ਜਾਂ ਨਹੀਂ ਸਰਕਾਰ ਕਰ ਸਕਦੀ ਹੈ ਤੇ ਗੁਰੂ ਰਵਦਾਸ ਮਹਾਰ ਦੇ ਸੇਵਾਦਾਰਾਂ ਨੂੰ ਇਹ ਦਿੱਤੀ ਜਾਵੇ ਉਹ ਆਪਣੇ ਆਪ ਇਸ ਪਵਿੱਤਰ ਸਥਲੀ ਨੂੰ ਸੁੰਦਰ ਮਈ ਬਣਾਉਣਗੇ ਸੁੰਦਰ ਮਈ ਕਰਨਗੇ ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਮਹਾਰ ਦਾ ਸਥਾਨ ਬਣਿਆ ਜਿਸ ਤਰ੍ਹਾਂ ਜਮਨਾ ਦੇ ਕਿਨਾਰੇ ਅਕਸ਼ਰਤਾ ਮੰਦਿਰ ਬਣਿਆ ਅਸੀਂ ਚਾਹੁੰਨੇ ਕਿ ਇਹੋ ਜਿਹਾ ਜਗਤ ਗੁਰੂ ਰਵਦਾਸ ਮਹਾਰਾਜ ਦਾ ਜਿਹੜਾ ਤੀਰਥ ਹੈਗਾ ਜਿੱਥੇ ਕਿ ਸਕੰਦਰ ਲੋਕੀ ਸਤਗੁਰਾਂ ਦੇ ਚਰਨਾਂ ਚ ਨਮਸਤਕ ਹੋਇਆ ਇਸੇ ਤਰ੍ਹਾਂ ਸਾਤ ਸੰਗਤ ਨਮਸਤਕ ਹੋਵੇ ਤੇ ਇਹ ਸਰਕਾਰ ਨੂੰ ਸਾਡੇ ਵੱਲੋਂ ਇਹ ਹੀ ਬੇਨਤੀ ਹੈ ਕਿ ਇਸ ਨੂੰ ਇਸ ਦਖਲਅਦਾਜ਼ੀ ਲੈ ਕੇ ਤੇ ਇਸ ਦਾ ਮਸਲਾ ਹੱਲ ਕਰੇ ਜੋ ਗੁਰੂ ਅਰਦਾਸ ਮਹਾਰਾਜ ਦੀ ਪਵਿੱਤਰ ਸਿਤਲੀ ਹੈ ਜਿੱਥੇ ਗੁਰੂ ਅਰਦਾਸ ਮਹਾਰਾਜ ਨੇ ਬੈਠ ਕੇ ਸਿਮਰਨ ਕੀਤਾ ਜਿਨ੍ਹਾਂ ਦੇ ਚਰਨਾਂ 'ਚ ਰਾਜਾ ਆਇਆ ਤੇ ਉਸ ਦੇ ਮਸਲੇ ਨੂੰ ਹੱਲ ਕਰੇਗਾ ਇਹ ਹੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਤੇ ਆਪਣੀ ਕੌਮ ਦੇ ਜਿਹੜੇ ਲੀਡਰ ਹੈਗੇ ਆ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਪਾਰਲੀਮੈਂਟ ਵਿੱਚ ਇਸ ਮਸਲੇ ਨੂੰ ਉਠਾਇਆ ਜਾਵੇ ਤਾਂ ਕਿ ਇਹਦਾ ਹਾਲ ਕੱਢਿਆ ਜਾਵੇ ਕਿ ਜਗਤ ਗੁਰੂ ਅਰਦਾਸ ਮਹਾਰਾਜ ਕਿਸੇ ਇੱਕ ਕੌਮ ਦੇ ਗੁਰੂ ਨਹੀਂ ਉਹ ਜਗਤ ਦੇ ਗੁਰੂ ਹੈ ਸਾਰੇ ਦੁਨੀਆਂ ਨੂੰ ਉਪਦੇਸ਼ ਕੀਤਾ ਉਹਨਾਂ ਦੇ ਚਰਨਾਂ ਵਿੱਚ ਸਾਰੇ ਲੋਕ ਬਰਾਬਰਤਾ ਦਾ ਮਾਣ ਦਿੰਦੇ ਸੀ ਦੇ ਕਿਸੇ ਨਾਲ ਗੁਰੂ ਦਾਸ ਮਹਾਰਾਜ ਵਿਤਰਾ ਨਹੀਂ ਕਰਦੇ ਸੀ ਦੇ ਪਰ ਉਹਨਾਂ ਨੇ ਕਿਹਾ ਹੈ ਆਪਣੇ ਸ਼ਬਦਾਂ ਚ ਗਿਆ ਹੈਗਾ ਗੁਰੂ ਦਾਸ ਮਹਾਰਾਜ ਨੇ ਦਾਸ ਜਨਮ ਕੇ ਕਾਰਨ ਕੋਈ ਨਾ ਬਣੋ ਨੀਚ ਨਰਕ ਨੂੰ ਨਾਰਾਇਣ ਕਰ ਦਿਤੀ ਹੈ ਆچھے ਕਰਮ ਕਰੀਤ ਚੰਗੇ ਕਮਾਂ ਦੀ ਜਿਹੜੀ ਰੀਤ ਹੈ ਉਹ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ ਇਸ ਕਰਕੇ ਸਰਕਾਰ ਨੂੰ ਵੀ ਕੋਈ ਚੰਗਾ ਕੰਮ ਕਰ ਲੈਣਾ ਚਾਹੀਦਾ ਹੈਗਾ ਤੇ ਇਸ ਕਰਕੇ ਗੁਰਦਾਸ ਮਹਾਰਾਜ ਦੇ ਪਵਿੱਤਰ ਸਥਾਨ ਤੇ ਸਰਕਾਰ ਚੁਕੇ ਤੇ ਇਸ ਦੀ ਫੇਰ ਪਵਿੱਤਰਤਾ ਨੂੰ ਇਸੇ ਤਰ੍ਹਾਂ ਹੀ ਬਰਕਰਾਰ ਰੱਖੇ ਔਰ ਜਿਹੜੇ ਵੀ ਸ਼ਰਾਰਤੀ ਅੰਥਰੋਸਥੇ ਇਸ ਗੁਰਦਾਸ ਮਹਾਰਾਜ ਦੇ ਸਥਾਨ ਨੂੰ ਤੋੜਨਾ ਚਾਹਦੇ ਹਨ ਉਹਨਾਂ ਨੂੰ ਉੱਥੋਂ ਹਟਾਇਆ ਜਾਵੇ ਤੇ ਗੁਰਦਾਸ ਮਹਾਰਾਜ ਦੇ ਪਵਿੱਤਰ ਨੂੰ ਬਹਾਲ ਕੀਤਾ ਜਾਵੇ ਇਹ ਸਾਡੀ ਸਰਕਾਰ ਨੂੰ ਤੇ ਆਪਣੀ ਕੌਮ ਦੇ ਲੀਡਰਾਂ ਨੂੰ ਬੇਨਤੀ ਹੈ ਜਗਰਦੇਵ ਤਨਗੜਦੇਵ ਜੈ ਸੰਤ